ਜ਼ਿਲ੍ਹਾ ਫਿਰੋਜ਼ਪੁਰ ਅੰਦਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੂੰ ਧਿਆਨ ਦੇ ਵਿੱਚ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਜਿੱਥੇ ਅਹਿਤਿਆਤ ਵਰਤ ਰਿਹਾ ਹੈ ਉੱਥੇ ਹੀ ਮਮਦੋਟ ਪੁਲਿਸ ਵੱਲੋਂ ਸ਼ਨੀਵਾਰ ਅਤੇ ਐਤਵਾਰ ਨੂੰ ਮਮਦੋਟ ਨੂੰ ਬੰਦ ਰੱਖਣ ਦੇ ਨਿਰਦੇਸ਼ਾਂ ਨੇ ਦੁਕਾਨਦਾਰਾਂ ਸਮੇਤ ਲੋਕਾਂ ਨੂੰ ਪਸ਼ੂ ਪੇਸ਼ ਦੀ ਸਥਿਤੀ ਦੇ ਵਿੱਚ ਪਾ ਕੇ ਰੱਖ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਡਿਪਟੀ ਕਮਿਸ਼ਨਰ ਵੱਲੋਂ ਸ਼ਨੀਵਾਰ ਨੂੰ ਬੰਦ ਰੱਖਣ 'ਤੇ ਕੋਈ ਵੀ ਨਿਰਦੇਸ਼ ਜਾਰੀ ਨਹੀਂ ਕੀਤੇ ਗਏ ਸਨ, ਪਰ ਪੁਲਿਸ ਨੇ ਇੱਕ ਪੱਤਰ ਦੇ ਆਧਾਰ 'ਤੇ ਮਮਦੋਟ ਨੂੰ ਬੰਦ ਕਰਵਾ ਦਿੱਤਾ। ਕੱਲ੍ਹ ਪੁਲਿਸ ਵਾਲੇ ਮੈਸੇਜ ਲਾ ਦੇ, ਕੱਲ੍ਹ ਸ਼ਨੀ ਤੇ ਐਤਵਾਰ ਬੰਦ ਰਹਿਣਗੇ, ਤਾਂ ਅੱਜ ਹੋਣੀ 9 ਵਜੇ ਤੋਂ ਬਾਅਦ ਕਿਤੇ ਖੋਲ ਦੁਕਾਨਾਂ, ਕਿਹੜਾ ਗਾਹ ਗਾਣੇ ਸਾਡੇ ਤਾਂ ਮੁਕਾਮ ਮੁੜ ਕੇ ਦਿਹਾੜੀ ਮਾਰੀ ਗਈ, 200-300 ਰੁਪਏ ਕਮਾਉਣ ਵਾਲਾ ਕਿੱਧਰ ਜਾਵੇ। ਇਹ ਸਰਕਾਰ ਦੇ ਆਰਡਰ ਸੀਗੇ ਵੀ ਐਤਵਾਰ ਅਤੇ ਸ਼ਨੀਵਾਰ ਬੰਦ ਰਹਿਣਗੇ ਜੀ। ਦੇਖੋ ਅੱਜ ਹੁਣ ਆਰਡਰ ਇਹਨਾਂ ਦੇ ਦੇਣੇ ਵੀ 9 ਵਜੇ ਆ ਕੇ ਦੁਕਾਨਾਂ ਖੋਲ ਲਓ। ਪਿੰਡਾਂ ਦੇ ਲੋਕ ਨੇ ਜਿਹੜੇ ਉਹ ਇੱਥੋਂ ਵੀ ਜਾ ਚੁੱਕੇ ਨੇ ਪੁੱਛ ਗਿੱਛ ਕਰਕੇ, ਅਸੀਂ ਹੁਣ ਇੱਥੇ ਵਿਹਲੇ ਬਹਿਣਾਂ ਦੀ ਗੱਲ ਹੈ ਜੀ। ਅੱਗੇ ਵੀ 3-4 ਮਹੀਨੇ ਤੋਂ ਅਸੀਂ ਇੱਥੇ ਬਹੁਤ ਮਾੜੀ ਸਥਿਤੀ 'ਚ ਬੈਠੇ ਹੋਏ ਹਾਂ, ਕੋਈ ਸਰਕਾਰ ਨੇ ਦੁਕਾਨਦਾਰਾਂ ਨੇ ਕਿਸੇ ਤੋਂ ਪੁੱਛਗਿੱਛ ਨਹੀਂ ਕੀਤੀ। ਕੱਲ੍ਹ ਦਾ ਮੈਸੇਜ ਇਹ ਸੀ ਪੁਲਿਸ ਦਾ, ਚਿੱਠੀ ਜਿਹੜਾ ਮੈਸੇਜ ਆਇਆ ਮੋਬਾਈਲ 'ਤੇ ਸਾਰਿਆਂ ਦੇ ਜੀ, ਵੀ ਕੱਲ੍ਹ ਨੂੰ ਬੰਦ ਰਹਿਣਾ ਜੀ। ਦਿਨ ਦੁਕਾਨਾਂ ਖੋਲਦੀਆਂ ਨੇ, ਤੀਜੇ ਦਿਨ ਆਰਡਰ ਆ ਜਾਂਦਾ ਬੰਦ ਕਰਨ ਦਾ ਜੀ, ਤਾਂ ਅਸੀਂ ਤਾਂ ਅੱਗੇ ਲਤਾੜੇ ਪਏ 3 ਮਹੀਨਿਆਂ ਦੇ, ਅਤੇ ਰੁਜ਼ਗਾਰ ਹੈਗਾ ਕੋਈ ਨਹੀਂ ਜੀ। ਹੁਣ ਸਾਡੀ ਇੱਥੇ ਹੀ ਰੋਜ਼ੀ ਰੋਟੀ ਹੈ ਸਾਰਾ ਕੁਛ, ਅਤੇ ਸਾਨੂੰ ਕੁਛ ਨਹੀਂ ਪਤਾ ਲੱਗਦਾ ਕਦੋਂ ਆਰਡਰ ਆ ਜਾਂਦੇ ਬੰਦ ਹੋਣ, ਕਦੋਂ ਦੁਕਾਨਾਂ ਖੋਲ ਲਈਏ। ਬੜੇ ਪੱਖੋਂ ਪੰਜੇ ਦੇ ਵਿੱਚ ਪਏ ਹੋਏ, ਗਰੀਬ ਤਬਕਾ ਜੀ 3 ਮਹੀਨੇ ਤੱਕ ਅੱਗੇ ਘਰ ਬਹਿ ਕੇ ਖਾਧੀਆਂ। ਅੱਜ ਦੀ ਸਥਿਤੀ ਇਹੋ ਜਿਹੀ ਸੀ, ਸਵੇਰ ਦੇ 7 ਵਜੇ ਦੇ ਆ ਕੇ ਦੁਕਾਨਾਂ 'ਤੇ ਬੈਠੇ ਸਾਂ ਜੀ, ਸਾਨੂੰ ਇਹ ਮੈਸੇਜ ਲੱਗਾ ਸੀ ਵੀ ਸਵੇਰੇ ਦੁਕਾਨਾਂ ਬੰਦ, ਅਤੇ ਅਸੀਂ ਦੁਕਾਨਾਂ ਨਹੀਂ ਖੋਲ੍ਹੀਆਂ। ਪਿੰਡਾਂ ਨੇ ਗਾਹਕ ਆਏ ਨੇ, ਮੁੜ ਗਏ ਨੇ, ਕਈਆਂ ਦੇ ਫੋਨ ਆਉਂਦੇ ਨੇ, ਹਾਂਜੀ ਬਾਈ ਜੀ ਮੰਗੋ ਖੋਲ੍ਹਾ, ਅਤੇ ਅੱਗੋਂ ਮੈਸੇਜ ਕਰਦੀ ਰਹੀ ਬੰਦ ਆ ਜੀ, ਹੁਣ ਅੱਜ ਤਾਂ ਗਾਹਕੀ ਆਉਣੀ ਨਹੀਂ, ਬਿਲਕੁਲ ਵਿਹਲੇ ਜਾ। ਜਦੋਂ ਇਸ ਬੰਦ ਬਾਰੇ ਥਾਣਾ ਮੁਖੀ ਰਵੀ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਗਲਤੀ ਦੇ ਨਾਲ ਵਿਭਾਗੀ ਪੱਤਰ ਦੇ ਵਿੱਚ ਤਰੀਕ ਗਲਤ ਛਪ ਗਈ ਸੀ। ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਬੰਦ ਕਰਾਉਣ ਦਾ ਹੁਕਮ ਜਾਰੀ ਕਰਨ ਵਾਲੀ ਪੁਲਿਸ ਆਪ ਖੁਦ ਮਮਦੋਟ ਦੇ ਵਿੱਚ ਬਣੇ ਦੋ ਨਾਕਿਆਂ 'ਤੇ ਮੌਜੂਦ ਹੀ ਨਹੀਂ ਹੈ ਅਤੇ ਸਿਰਫ ਇੱਕ ਰੋਕ ਦੇ ਲਈ ਬਣੇ ਬੈਰੀਅਰ ਹੀ ਲੋਕਾਂ ਦੀ ਸੁਰੱਖਿਆ ਕਰ ਰਹੇ ਹਨ। ਹਰਪ੍ਰੀਤ ਸਿੰਘ ਹੈਪੀ, ਵੋਇਸ ਆਫ ਪੰਜਾਬ, ਮਮਦੋਟ।